ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਮੈਂ ਹਾਂ ਵਿਜੇ ਸੈਣੀ ਤੇ ਜਿਵੇਂ ਮੈਂ ਖਬਰਾਂ ਦੇ ਬੁਲੇਟਿਨ ਤੋਂ ਪਹਿਲਾਂ ਗੱਲ ਕੀਤੀ ਸੀ, ਸਾਡੇ ਨਾਲ ਸ਼ਾਮਲ ਹੋ ਰਹੇ ਹਨ ਸਾਡੇ ਸੂਬੇ ਦੇ ਮਿਨਿਸਟਰ ਆਫ ਲੇਬਰ ਹੈਰੀ ਬੈਂਸ। ਉਹਨਾਂ ਨਾਲ ਵੱਖ ਵੱਖ ਵਿਸ਼ਿਆਂ 'ਤੇ ਅੱਜ ਗੱਲ ਕਰਨੀ ਹੈ। ਉਹਨਾਂ ਦਾ ਸਵਾਗਤ ਕਰਦੇ ਹਾਂ। ਬੈਂਸ ਸਾਹਿਬ, ਗੁੱਡ ਮਾਰਨਿੰਗ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਨੈਕਟ ਐਫ ਐਮ 'ਤੇ। ਵਿਜੇ ਜੀ, ਤੁਹਾਨੂੰ ਤੇ ਤੁਹਾਡੇ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਥੈਂਕ ਯੂ ਫਾਰ ਹੈਵਿੰਗ ਮੀ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਅੱਛਾ, ਸਭ ਤੋਂ ਪਹਿਲਾਂ ਤਾਂ ਜੀ ਮੈਂ ਗੱਲ ਕਰਨਾ ਚਾਹਾਂਗਾ ਜਿਹੜੇ ਪ੍ਰੋਟੈਸਟ ਚੱਲ ਰਹੇ ਨੇ ਵਟਸ ਵੈਟਨ ਹੈਰੀਡੇਟਰੀ ਚੀਫਸ ਦੇ ਸਮਰਥਕਾਂ ਵੱਲੋਂ, ਅਤੇ ਉਹ ਪ੍ਰੋਟੈਸਟਰਸ ਅੱਜ ਫਿਰ ਵਿਧਾਨ ਸਭਾ ਦੀ ਪੌੜੀਆਂ 'ਤੇ ਕੱਲ੍ਹ ਸ਼ਾਮ ਦੇ ਆਏ ਹੋਏ ਨੇ, ਹਾਲਾਂਕਿ ਸਰਕਾਰ ਕੋਲ ਇੰਜੰਕਸ਼ਨ ਵੀ ਹੈ। ਸੋ ਕੀ ਉਸ ਇੰਜੰਕਸ਼ਨ ਨੂੰ ਹੁਣ ਲਾਗੂ ਕੀਤਾ ਜਾਏਗਾ? ਅਜੇ ਵੀ ਪ੍ਰੋਟੈਸਟਰਸ ਉੱਥੇ ਮੌਜੂਦ ਹੈਗੇ ਨੇ ਜੀ? ਉੱਥੇ ਹਲੇ ਬਾਹਰ ਬੈਠੇ ਆ। ਉਹ ਜਿਹੜਾ ਇੰਜੰਕਸ਼ਨ ਆ ਉਹ ਲਾਗੂ ਆ, ਕਿਉਂਕਿ ਉਹ ਦਰਵਾਜ਼ੇ ਨਹੀਂ ਇਸ ਵੇਲੇ ਰੋਕ ਰਹੇ, ਬਾਹਰ ਬੈਠੇ ਹੈਗੇ ਆ। ਸੋ ਇੰਜੰਕਸ਼ਨ ਇਹ ਹੀ ਕਹਿੰਦਾ ਕਿ ਜਿਹੜੇ ਐਂਟਰੀ ਹੈਗੇ ਦਰਵਾਜ਼ੇ, ਉਹਨਾਂ ਨੂੰ ਰੋਕ ਨਹੀਂ ਸਕਦੇ। ਸੋ ਇਸ ਕਰਕੇ ਉਹ ਰੋਕ ਨਹੀਂ ਰਹੇ। ਡੈਮੋਨਸਟ੍ਰੇਸ਼ਨ ਕਰਨਾ ਹਰ ਕੋ ਹੱਕ ਹੈਗਾ, ਐਸ ਲੌਂਗ ਕਿ ਪੀਸਫੁਲ ਹੋਵੇ ਅਤੇ ਦੂਜੇ ਦੀ ਹੱਕਾਂ ਦੀ ਦੇ ਉੱਤੇ ਧਾੜ ਨਾ ਵੱਜੇ। ਸਰਕਾਰ ਹੁਣ ਇਸ ਵੇਲੇ, ਸਾਡੀ ਸਰਕਾਰ, ਤੁਹਾਨੂੰ ਪਤਾ ਕਿ ਅਸੀਂ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਅਨਡਰੈਪਟ, ਜਿਹੜਾ ਕਿ ਯੂਨਾਈਟਿਡ ਨੇਸ਼ਨਸ ਦ ਰਾਈਟ ਆਫ ਇੰਡੀਜਨਸ, ਜਿਹੜਾ ਉਹਨਾਂ ਨੇ ਆਪਣਾ ਡੈਕਲੇਰੇਸ਼ਨ ਦਿੱਤੀ, ਅਸੀਂ ਪਾਸ ਕੀਤਾ ਅਤੇ ਯੂਨੈਨਮਸਲੀ ਪਾਸ ਹੋਇਆ। ਤਾਂ ਇਹਦਾ ਸ਼ੋਅ ਕਰਦਾ ਕਿ ਅਸੀਂ ਸੀਰੀਅਸਲੀ ਜਿਹਨੂੰ ਇੰਡੀਜਨਸ ਪੀਪਲ ਜਿਹੜੇ ਹੈਗੇ ਆ, ਉਹਨਾਂ ਦੇ ਹੱਕਾਂ ਦੇ ਨਾਲ ਚੱਲ ਕੇ, ਉਹਨਾਂ ਰਲ ਕੇ ਚੱਲ ਕੇ ਕਿਸ ਤਰ੍ਹਾਂ ਉਹਨਾਂ ਦੇ ਹੱਕਾਂ ਦੀ ਰਾਖੀ ਹੋ ਸਕਦੀ, ਉਹਨਾਂ ਕੰਮ ਕਰ ਰਹੇ ਹਾਂ। ਨਾਲ ਦੀ ਨਾਲ ਅਸੀਂ ਨਾਲ ਦੀਆਂ ਸਰਕਾਰਾਂ ਅਤੇ ਫੈਡਰਲ ਸਰਕਾਰ ਦੇ ਨਾਲ ਅਤੇ ਇੰਡੀਜਨਸ ਜਿਹੜੀ ਕਮਿਊਨਿਟੀ ਹੈਗੀ ਹੈ ਸਾਡੀ, ਉਹਨਾਂ ਦੇ ਨਾਲ ਰਲ ਕੇ ਇਹਦਾ ਪੀਸਫੁਲ ਸਲਿਊਸ਼ਨ ਲੱਭ ਰਹੇ ਹਾਂ, ਤਾਂ ਕਿ ਜਿਹੜਾ ਉਹ ਪ੍ਰੋਜੈਕਟ ਹੈ ਉਹ ਵੀ ਚੱਲਦਾ ਰਹੇ, ਜਿਹਦੇ ਨਾਲ ਕਿ 10,000 ਦੇ ਲਾਗੇ ਜੋਬਸ, ਔਰ ਉਹਦੇ ਵਿੱਚ ਮੋਸਟ ਬਹੁਤ ਜ਼ਿਆਦੀਆਂ ਜੋਬ ਜਿਹੜੀਆਂ ਸਾਡੇ ਇੰਡੀਜਨਸ ਲੋਕਾਂ ਨੂੰ ਵੀ ਮਿਲਣੀਆਂ, ਉਹਨਾਂ ਨੂੰ ਵੀ ਫਾਇਦਾ ਹੋਣਾ, ਉਹਨਾਂ ਦੇ ਸਾਈਨ ਵੀ ਹੋ ਚੁੱਕੇ ਆ ਜਿਹੜੇ ਕਿ ਇਲੈਕਟਡ ਕਾਉਂਸਲ ਹੈਗੀਆਂ, ਉਹ 20 ਦੀਆਂ 20। ਸੋ ਆਈ ਥਿੰਕ ਇਹਦਾ ਇੱਕ ਹੈਰੀਡੇਟਰੀ ਚੀਫ ਜਿਹੜੇ ਹੈਗੇ ਉਹ ਇਸ ਨਾਲ ਸਹਿਮਤ ਨਹੀਂ ਹੈਗੇ। ਸੋ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਤਾਂ ਕਿ ਆਪਾਂ ਪੀਸਫੁਲ ਸਲਿਊਸ਼ਨ ਲੱਭ ਸਕੇ, ਇਕਨੋਮਿਕ ਜਿਹੜਾ ਸਾਡੀ ਹੈਗੀ ਆ ਪ੍ਰੋਗਰੈਸ ਉਹ ਹੁੰਦੀ ਰਹੇ, ਅਤੇ ਨਾਲ ਨਾਲ ਸਾਡੇ ਜਿਹੜੇ ਇੰਡੀਜਨਸ ਲੋਕ ਹੈਗੇ ਜਿਹਨਾਂ ਦਾ ਘਰ ਸੀ, ਜਿਹਨਾਂ ਨੇ ਸਾਨੂੰ ਇੱਥੇ ਰਹਿਣ ਵਾਸਤੇ ਇਜਾਜ਼ਤ ਦਿੱਤੀ, ਉਹਨਾਂ ਦੇ ਹੱਕ ਵੀ, ਉਹਨਾਂ ਦੀ ਹੱਕਾਂ ਦੀ ਵੀ ਰਾਖੀ ਹੋ ਸਕੀ। ਬੈਂਸ ਸਾਹਿਬ, ਇਹ ਜਿਹੜੀ ਕੋਸ਼ਿਸ਼ ਹੈ ਹੁਣ ਦੇਖੋ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਹੈ, ਐਂਡ ਆਈ ਨੋ ਕਿ ਡਾਇਰੈਕਟਲੀ ਤੁਹਾਡੇ ਪੋਰਟਫੋਲੀਓ ਦੇ ਵਿੱਚ ਇਹ ਗੱਲ ਨਹੀਂ ਆਉਂਦੀ, ਪਰ ਕਿਉਂਕਿ ਹੁਣ ਤੁਹਾਡੇ ਨਾਲ ਸਮਾਂ ਮਿਲਿਆ ਹੋਇਆ, ਮੈਂ ਪੁੱਛਣਾ ਜ਼ਰੂਰ ਚਾਹੁੰਦਾ ਕਿ ਦੇਖੋ ਇਹਦੇ ਅਲੱਗ ਅਲੱਗ ਪ੍ਰੋਟੈਸਟਸ ਹੁਣ ਭਾਵੇਂ ਵੈਨਕੂਵਰ ਡਾਊਨਟਾਊਨ ਦੇ ਏਰੀਆ ਦੇ ਵਿੱਚ ਹੋਣ, ਜਾਂ ਜਿਹੜੀ ਵੈਸਟ ਕੋਸਟ ਐਕਸਪ੍ਰੈਸ ਹੈ ਉਹ ਰੇਲ ਗੱਡੀ ਦਾ ਰਾਹ ਰੋਕਿਆ ਗਿਆ ਹੋਵੇ, ਆਲ ਓਵਰ ਨੈਸ਼ਨਲ ਕ੍ਰਾਈਸਿਸ 'ਤੇ ਜੋ ਬਣਿਆ ਹੋਇਆ ਸੋ ਬਣਿਆ ਹੀ ਹੋਇਆ, ਪਰ ਕਿਉਂਕਿ ਰੂਟ ਕੋਜ਼ ਇਹਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈ, ਇਹ ਜਿਹੜੀ ਕੋਸ਼ਿਸ਼ ਚੱਲ ਰਹੀ ਹੈ ਹੈਰੀਡੇਟਰੀ ਚੀਫਸ ਦੇ ਨਾਲ ਗੱਲਬਾਤ ਕਰਨ ਵਾਸਤੇ, ਉਹ ਅਜੇ ਕਿਤੇ ਸਿਰੇ ਨਹੀਂ ਚੜ੍ਹ ਪਾ ਰਹੀ, ਭਾਵੇਂ ਫੈਡਰਲ ਸਰਕਾਰ ਦੀ ਕੋਸ਼ਿਸ਼ ਵੀ ਚੱਲ ਰਹੀ ਹੈ, ਤੁਹਾਡੀ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ, ਪਰ ਇਸ ਦੇ ਬਾਰੇ ਕੋਈ ਹੋਰ ਡਿਸਕਸ਼ਨ ਚੱਲ ਰਹੀ ਹੈ, ਹੋਰ ਕੋਈ ਸਟ੍ਰੈਟੇਜੀ? ਜੇ ਜਿਵੇਂ ਓਨਟੈਰੀਓ ਦੀ ਪੁਲਿਸ ਨੇ ਜਾ ਕੇ ਜਾਂ ਓਨਟੈਰੀਓ ਦੀ ਸਰਕਾਰ ਨੇ ਪੁਲਿਸ ਨੂੰ ਭੇਜ ਕੇ ਇੰਜੰਕਸ਼ਨ ਲਾਗੂ ਕਰਵਾ ਲਈ, ਕੀ ਇਸ ਤਰ੍ਹਾਂ ਇੰਜੰਕਸ਼ਨ ਲਾਗੂ ਕਰਵਾਉਣ ਦੀ ਜੇ ਨੌਬਤ ਆਈ ਤਾਂ ਤੁਹਾਨੂੰ ਲੱਗਦਾ ਕਿ ਸਰਕਾਰ ਰੈਡੀ ਹੋਵੇਗੀ? ਦੇਖੋ ਨਾ, ਉਹ ਆਪਾਂ ਉਸ ਟਾਈਮ 'ਤੇ ਜਾ ਕੇ ਦੇਖਾਂਗੇ। ਇਸ ਵੇਲੇ ਤਾਂ ਇਹ ਹੈਗਾ ਕਿ ਜਿੰਨਾ ਵੀ ਵੱਧ ਤੋਂ ਵੱਧ ਯੂਨੋ ਪੀਸਫੁਲ ਸਲਿਊਸ਼ਨ ਲੱਭ ਸਕੇ ਉਹਦੀ ਕੋਸ਼ਿਸ਼ ਆ ਸਾਡੀ, ਕਿਉਂਕਿ ਵੱਡਾ ਜਿਹੜਾ ਇਤਰਾਜ਼ ਸਾਡੇ ਇੰਡੀਜਨਸ ਲੋਕਾਂ ਦਾ ਹੈਗਾ ਕਿ ਉਹਨਾਂ ਦੇ ਨਾਲ ਕਲੋਨੀਅਲਿਜ਼ਮ ਦੇ ਟਾਈਮ ਦੇ ਵਿੱਚ ਧੱਕੇ ਹੋਏ ਆ, ਪੁਲਿਸ ਦੀ ਵਰਤੋਂ, ਫੋਰਸ ਦੀ ਵਰਤੋਂ ਹੁੰਦੀ ਗਈ, ਅਤੇ ਜੇ ਆਪਾਂ ਹੁਣ ਫਿਰ ਦੁਬਾਰਾ ਉਹੀ ਕੰਮ ਕਰਾਂਗੇ, ਸੇਮ ਹੀ ਜੋ ਕੁਛ ਪਿਛਲੀ ਹਿਸਟਰੀ ਦੇ ਵਿੱਚ ਹੋਇਆ ਉਹਨੂੰ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਜਾਂ ਉਦਾਂ ਦਾ ਸਿੰਬੋਲਿਕ ਢੰਗ ਵੀ ਵਰਤਾਂਗੇ, ਤਾਂ ਉਹਦੇ ਨਾਲ ਇਹ ਸਿਚੁਏਸ਼ਨ ਮੈਂ ਸਮਝਦਾ ਕਿ ਹੋਰ ਇਨਫਲੇਮ ਹੋ ਸਕਦੀ ਆ। ਸੋ ਕੋਸ਼ਿਸ਼ ਇਹ ਆ ਕਿ ਪੀਸਫੁਲ ਸਲਿਊਸ਼ਨ ਥਰੂ ਡਾਇਲੋਗ, ਔਰ ਉਹਦੀ ਕੋਸ਼ਿਸ਼ ਅੰਦਰ ਗਤੀ ਵੀ ਚੱਲ ਰਹੀ ਆ, ਬਾਹਰ ਤਰੀਕੇ ਦੇ ਤੌਰ 'ਤੇ ਵੀ ਚੱਲ ਰਹੀ ਆ। ਸੋ ਮੈਂ ਰੀਅਲੀ ਹੋਪਫੁਲ ਹੈਗਾ ਕਿ, ਕਿਉਂਕਿ ਜਦੋਂ ਤੁਸੀਂ ਜੈਨੂਅਨਲੀ ਕਿਸੇ ਚੀਜ਼ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ ਤਾਂ ਉਹਦਾ ਹੱਲ ਲੱਭ ਜਾਂਦਾ। ਸੋ ਅਸੀਂ ਪੂਰੀ, ਮੈਨੂੰ ਪਤਾ ਕਿ ਸਾਡੀ ਸਰਕਾਰ, ਸਾਡੇ ਮਿਨਿਸਟਰ ਆਫ ਐਬਰੀਜਨਲ ਅਫੇਅਰ ਸਕਾਟ ਫਰੇਜ਼ਰ, ਉਹ ਇਹਦੇ ਪਿੱਛੇ ਰੋਜ਼ਾਨਾ ਤਕਰੀਬਨ ਇਹਦੇ 'ਤੇ ਟਾਈਮ ਸਪੈਂਡ ਕਰ ਰਹੇ, ਸਾਡੇ ਪ੍ਰੀਮੀਅਰ ਨਾਲ ਦੇ ਪ੍ਰੀਮੀਅਰਸ ਦੇ ਨਾਲ, ਸਾਡੇ ਫੈਡਰਲ ਸਰਕਾਰ ਮਿਸਟਰ ਟੂਟੋ ਦੇ ਨਾਲ ਲਗਾਤਾਰ ਗੱਲ ਚੱਲ ਰਹੀ ਆ ਕਿਸ ਤਰ੍ਹਾਂ ਇਹਦਾ ਸਲਿਊਸ਼ਨ ਆਪਾਂ ਜਿਹੜਾ ਕਿ ਪੀਸਫੁਲੀ ਲੱਭ ਸਕੀਏ। ਅੱਛਾ, ਮੈਂ ਉਬਰ ਬਾਰੇ ਵੀ ਜ਼ਰੂਰ ਗੱਲ ਕਰਨੀ ਚਾਹਾਂਗਾ ਜੀ, ਕਿਉਂਕਿ ਇੱਕ ਲੈਜਿਸਲੇਟਿਵ ਕਮੇਟੀ ਬਣਾਈ ਗਈ ਆ ਜਿਹੜੀ ਕਿ ਅਜੇ ਵੀ, ਕਿਉਂਕਿ ਭਾਵੇਂ ਰਾਈਡ ਹੇਲਿੰਗ ਦਾ ਮਸਲਾ ਹੁਣ ਖਬਰਾਂ ਦੇ ਵਿੱਚ ਓਨਾ ਜ਼ਿਆਦਾ ਨਹੀਂ ਜਿੰਨਾ ਕਿ ਕੁਝ ਹਫ਼ਤੇ ਪਹਿਲਾਂ ਸੀ, ਪਰ ਅਜੇ ਵੀ ਜਿਹੜੀ ਕੁਝ ਸਿਚੁਏਸ਼ਨਸ ਜਾਂ ਕੁਝ ਇਸ਼ੂਜ਼ ਨੇ ਉਹ ਰਿਜ਼ੋਲਵ ਹੋਏ ਨਹੀਂ, ਅਤੇ ਜਿਹੜਾ ਸਭ ਤੋਂ ਪਹਿਲਾਂ ਗੱਲ ਸੀ ਕਿ ਟੈਕਸੀਜ਼ ਦੀ ਬਾਉਂਡਰੀਜ਼ ਨੂੰ ਲੈ ਕੇ ਜਾਂ ਟੈਕਸੀ ਇੰਡਸਟਰੀ ਵਾਸਤੇ ਇੱਕ ਸਪੈਸ਼ਲ ਕਿਸਮ ਦਾ ਇੰਸ਼ੋਰੈਂਸ ਪ੍ਰੋਡਕਟ ਨੂੰ ਲੈ ਕੇ, ਇਸ ਬਾਰੇ ਹੋਰ ਕੀ ਕੰਮ ਹੋ ਰਿਹਾ ਜੀ ਉਸ ਲੈਜਿਸਲੇਟਿਵ ਕਮੇਟੀ ਦੇ ਵਿੱਚ, ਕੀ ਉਹ ਜਾਣਕਾਰੀ ਤੁਸੀਂ ਸਾਂਝੀ ਕਰ ਸਕਦੇ ਹੋ?
ਜੀ ਬਿਲਕੁਲ ਸੋ ਆਪਾਂ ਮਾੜੀ ਜਿਹੀ ਬੈਕਗਰਾਊਂਡ 'ਤੇ ਲਈਏ ਕਿ ਜਦੋਂ ਸਾਡੀ ਲਾਸਟ ਇਲੈਕਸ਼ਨ ਹੋਈ ਸੀ ਉਸ ਵੇਲੇ ਅਸੀਂ ਟੈਕਸੀ ਇੰਡਸਟਰੀ ਨਾਲ ਰਲ ਕੇ ਇਹ ਫੈਸਲਾ ਕੀਤਾ ਸੀ ਔਰ ਇਹ ਇਸ ਪੋਜੀਸ਼ਨ 'ਤੇ ਆਏ ਸੀ ਸਾਰੇ ਕਿ ਕਿਉਂਕਿ ਡਿਮਾਂਡ ਲੋਕਾਂ ਦੀ ਬਹੁਤ ਜ਼ਿਆਦਾ ਹੈਗਾ ਰਾਈਡ ਹੇਲਿੰਗ ਦੀ ਸੋ ਅਸੀਂ ਅਨਾਊਂਸ ਇਹ ਕੀਤਾ ਸੀ ਕਿ ਰਾਈਡ ਹੇਲਿੰਗ ਸਰਵਿਸ ਆਏਗੀ ਅਤੇ ਨਾਲ ਦੀ ਨਾਲ ਜਿਹੜੀਆਂ ਹਾਰਡ ਵਰਕਿੰਗ ਗੁੱਡ ਪੇਇੰਗ ਜੋਬਸ ਹੈਗੀਆਂ ਟੈਕਸੀ ਇੰਡਸਟਰੀ ਦਾ ਉਹਨਾਂ ਨੂੰ ਵੀ ਅਸੀਂ ਪ੍ਰੋਟੈਕਟ ਕਰਾਂਗੇ ਉਹ ਕਿਸ ਤਰ੍ਹਾਂ ਕਰਾਂਗੇ ਰਾਈਡ ਹੇਲਿੰਗ ਆ ਜਾਏਗੀ ਉਹਨਾਂ ਦੇ ਰੂਲਸ ਅਤੇ ਕਾਨੂੰਨ ਅਤੇ ਕਾਇਦੇ ਲਾਗੂ ਹੋਣਗੇ ਔਰ ਜਿਹੜੀਆਂ ਟੈਕਸੀ ਇੰਡਸਟਰੀ ਉਹਨਾਂ ਨੂੰ ਲੈਵਲ ਪਲੇਇੰਗ ਫੀਲਡ ਮਿਲੇਗਾ ਸੋ ਕੀ ਹੋਇਆ ਅੱਜ ਤੱਕ ਅਸੀਂ ਕਲਾਸ 4 ਲਾਇਸੈਂਸ ਜਿਹੜਾ ਸੀਗਾ ਹਾਲਾਂਕਿ ਇੱਕ ਹੋਰ ਜੋ ਰਿਸਟ੍ਰਿਕਸ਼ਨ ਅਲਬਰਟਾ ਵਿੱਚ ਹੀ ਹੋਇਆ ਹੋਰ ਕਿਤੇ ਨਹੀਂ ਹੋਇਆ ਅਸੀਂ ਉਹ ਲਾਗੂ ਕਰ ਦਿੱਤਾ ਕਿ ਜਿਹੜੇ ਰਾਈਡ ਹੇਲਿੰਗ ਵਾਲੇ ਨੇ ਸਰਵਿਸ ਪ੍ਰੋਵਾਈਡ ਕਰਨ ਉੱਥੇ ਕਲਾਸ 4 ਲਾਇਸੈਂਸ ਜ਼ਰੂਰ ਚਾਹੀਦਾ ਨਾਲ ਉਹ ਡਰਾਈਵਰਾਂ ਦੀ ਬੈਕਗਰਾਊਂਡ ਚੈੱਕ ਜਿਹੜੇ ਕ੍ਰਿਮੀਨਲ ਚੈੱਕ ਹੋਣੀ ਜ਼ਰੂਰੀ ਆ ਉਹ ਵੀ ਆਪਾਂ ਲਾਗੂ ਕਰ ਦਿੱਤਾ ਫਿਰ ਸੀਗਾ ਇੰਸ਼ੋਰੈਂਸ ਦਾ ਪੈਕੇਜ ਕਿ ਉਹਨਾਂ ਨੂੰ ਸ਼ਾਇਦ ਪਰ ਕਿਲੋਮੀਟਰ ਜਦੋਂ ਇੰਸ਼ੋਰੈਂਸ ਮਿਲੇਗਾ ਤਾਂ ਉਹ ਸਸਤਾ ਬਣੇਗਾ ਸੋ ਅਸੀਂ ਹਾਲੇ ਆ ਫਰਾਈਡੇ ਦੀ ਗੱਲ ਤੁਹਾਨੂੰ ਮੈਂ ਦੱਸਦਾ ਅਤੇ ਅੱਜ ਉਹਨਾਂ ਨਾਲ ਟੈਕਸੀ ਇੰਡਸਟਰੀ ਨਾਲ ਗੱਲ ਹੋ ਗਈ ਆ ਔਰ ਉਹ ਪੈਕੇਜ ਅਸੀਂ ਵੀ ਤਿਆਰ ਕਰ ਲਿਆ ਜਿਹਦੇ ਨਾਲ ਕਿ ਟੈਕਸੀ ਇੰਡਸਟਰੀ ਨੂੰ ਉਹੀ ਪੈਕੇਜ ਮਿਲੇਗਾ ਜਿਹੜਾ ਕਿ ਰਾਈਡ ਹੇਲਿੰਗ ਕੰਪਨੀ ਨੂੰ ਮਿਲੇਗਾ ਔਰ ਕੁਛ ਐਸਟੀਮੇਟ ਮੈਨੂੰ ਦੱਸ ਰਹੇ ਆ ਕਿ ਤਕਰੀਬਨ ਯੂਨੋ 8-10 ਹਜ਼ਾਰ ਡਾਲਰ ਤੱਕ ਪਰ ਟੈਕਸੀ ਦਾ ਜਿਹੜਾ ਵੈਨਕੂਵਰ ਚਲਾ ਰਿਹਾ ਟੈਕਸੀ ਉਹਨਾਂ ਨੂੰ ਉਹਦਾ ਫਾਇਦਾ ਹੋ ਜਾਏਗਾ ਇੱਕ ਸਾਲ ਦਾ ਸੋ ਉਹ ਵੀ ਕੰਮ ਸਾਡਾ ਹੋ ਗਿਆ ਉਹਨਾਂ ਕੋਲ ਆਪਸ਼ਨ ਹੋਏਗੀ ਕੁਛ ਟੈਕਸੀ ਕੰਪਨੀਆਂ ਕਹਿੰਦੀਆਂ ਕਿ ਸ਼ਾਇਦ ਉਹਨਾਂ ਦੀ ਕਰੰਟ ਸਿਸਟਮ ਚੰਗਾ ਉਹਨਾਂ ਨੂੰ ਲੱਗਦਾ ਅਸੀਂ ਤੁਹਾਡੇ ਕੋਲ ਆਪਸ਼ਨ ਹੋਏਗੀ ਅਤੇ ਤੁਸੀਂ ਚਾਹੇ ਕਰੰਟ ਸਿਸਟਮ ਰੱਖ ਲਓ ਜਿਹਦੇ ਵਿੱਚ ਤੁਸੀਂ ਹੈਗੇ ਜੇ ਤੁਹਾਨੂੰ ਉਹ ਸਸਤਾ ਲੱਗਦਾ ਜਾਂ ਜੋ ਨਵੇਂ ਸਿਸਟਮ ਹੈ ਜਾਂ ਪਰ ਕਿਲੋਮੀਟਰ ਚਲੇ ਜਾਓ ਤੁਸੀਂ ਜਿਹੜਾ ਤੁਹਾਨੂੰ ਸਸਤਾ ਤੁਹਾਡੇ ਕੋਲ ਆਪਸ਼ਨ ਹੈਗੇ ਉਹ ਆਪਸ਼ਨ ਉਹਨਾਂ ਨੂੰ ਦੇ ਦਿੱਤੀ ਗਈ ਆ ਉਹ ਹੋ ਗਿਆ ਕੰਮ ਆਪਣਾ ਸੋ ਜਿਹੜਾ ਇਹ ਪੈਕੇਜ ਹੈ ਇਹ ਲਾਗੂ ਹਲੇ ਹੋਣਾ ਹੈ ਕਿ ਜੀ ਅਵੇਲੇਬਲ ਕਰਾ ਦਿੱਤਾ ਗਿਆ ਲਾਗੂ ਹੋ ਜਾਏ ਹੁਣ ਇਹ ਸਿਸਟਮ ਤੇ ਚੱਲ ਰਿਹਾ ਜੀ ਇਹਦਾ ਫਿਰ OIC ਆਰਡੀਨਲ ਕਾਉਂਸਲ ਪਾਸ ਹੋ ਜਾਏਗਾ ਓਕੇ ਤੇ ਆਉਣ ਵਾਲੇ ਹਫਤੇ ਦੋ ਹਫਤਿਆਂ ਦੇ ਵਿੱਚ ਤਾਂ ਫਿਰ ਇਹ ਮਈ ਪਹਿਲੀ ਤੋਂ ਲਾਗੂ ਹੋ ਜਾਏਗਾ ਓਕੇ ਜੀ ਤੇ ਫਿਰ ਦੂਜੀ ਗੱਲ ਹੈ ਕਿ ਐਕਸੈਸਿਬਿਲਟੀ ਤੁਹਾਨੂੰ ਪਤਾ ਕਿ ਵੈਨਸ ਜਿਹੜੀਆਂ ਕਿ ਪੀਪਲ ਆਫ ਡਿਸਬਿਲਟੀ ਵਾਲਿਆਂ ਵਾਸਤੇ ਸਪੈਸ਼ਲ ਵੈਨ ਚਾਹੀਦੀਆਂ ਉਹ ਤੇ ਬੜੀ ਕਾਸਟ ਆਉਂਦੀ ਹੈ ਟੈਕਸੀ ਇੰਡਸਟਰੀ ਦੇ ਕੋਲ 450 ਦੇ ਲਾਗੇ ਵੈਨਸ ਹੈਗੀਆਂ ਜੀ ਸੋ ਅਸੀਂ ਰਾਈਡ ਹੇਲਿੰਗ ਕੰਪਨੀਆਂ ਦੇ ਉੱਤੇ 30 ਸੈਂਟ ਪਰ ਰਾਈਡ ਦਾ ਪਰ ਟ੍ਰਿਪ ਦਾ ਉਹਦੇ ਤੇ ਚਾਰਜ ਲਾ ਦਿੱਤਾ ਤਾਂ ਕਿ ਉਹ ਪੈਸੇ ਟੈਕਸੀ ਇੰਡਸਟਰੀ ਨੂੰ ਜਾਣ ਜਿਹੜੇ ਕਿ ਇਹ ਸਰਵਿਸ ਪ੍ਰਦਾਨ ਕਰਦੇ ਆ ਇਹਦੇ ਨਾਲ ਕਾਫੀ ਤਾਂ ਕਿ ਜਿਹੜਾ ਕੋਈ ਉਹਨਾਂ ਦਾ ਟੈਕਸੀ ਇੰਡਸਟਰੀ ਜਿੰਨਾ ਵੀ ਖਰਚ ਆਉਂਦਾ ਐਕਸਟਰਾ ਖਰਚ ਆਉਂਦਾ ਉਹਨਾਂ ਦੀ ਨਵੀਂ ਵੈਨ ਪਾਉਣ ਦਾ ਅਤੇ ਉਹਨੂੰ ਆਪਰੇਟ ਕਰਨ ਦਾ ਵੀ ਜਿਹੜੀ ਥੋੜ੍ਹੀ ਮਹਿੰਗੀ ਪੈਂਦੀ ਆ ਉਹਦਾ ਖਰਚਾ ਜਿਹੜਾ ਉਹਨਾਂ ਨੂੰ ਇਹਨਾਂ ਤੋਂ ਰਾਈਡ ਹੇਲਿੰਗ ਕੰਪਨੀ ਤੋਂ ਲੈ ਕੇ ਉਹਨਾਂ ਨੂੰ ਦੇ ਦਿੱਤਾ ਜਾਵੇ ਉਹਦੇ ਉੱਤੇ ਇਸ ਵੇਲੇ ਟੈਕਸੀ ਇੰਡਸਟਰੀ ਨਾਲ ਗੱਲ ਚੱਲ ਰਹੀ ਆ ਵੀ ਉਹ ਪੈਸੇ ਕਿਸ ਤਰ੍ਹਾਂ ਡਿਸਟ੍ਰੀਬਿਊਟ ਹੋਣ ਉਹ ਵੀ ਛੇਤੀ ਲਾਗੂ ਹੋ ਜਾਏਗਾ ਸੋ ਦੂਜੀ ਗੱਲ ਆ ਜਾਂਦੀ ਜੀ ਇੱਕ ਦੋ ਗੱਲਾਂ ਸੀਗੀਆਂ ਜਿਹੜੀਆਂ ਅਸੀਂ ਚਾਹੁੰਦੇ ਸੀਗੇ ਮਿਨਿਸਟਰੀ ਵੀ ਚਾਹੁੰਦੇ ਸੀਗੇ ਕਿ ਉਹਦੇ 'ਤੇ ਇੱਕ ਸੋਲਿਡ ਕੈਪ ਲੱਗ ਜਾਵੇ ਕਿੰਨੀਆਂ ਰਾਈਡ ਹੇਲਿੰਗ ਕੰਪਨੀ ਇੱਥੇ ਫਲੀਟ ਸਾਈਜ਼ ਹੋ ਜੀ ਗੱਡੀਆਂ ਕਿੰਨੀਆਂ ਹੋਣ ਯੈਸ ਜੀ ਕਿੰਨੀਆਂ ਗੱਡੀਆਂ ਹੋਣ ਇਹ ਨਾ ਹੋਵੇ ਕਿ ਇੱਥੇ ਯੂਨੋ ਸ਼ਰੇਆਮ ਗੱਡੀਆਂ ਪੈ ਜਾਣ ਅਤੇ ਉੱਥੇ ਕੰਜੈਸ਼ਨ ਦੀ ਪ੍ਰੋਬਲਮ ਆ ਜਾਵੇ ਜਿਹੜੇ ਕਿ ਕੁਛ ਮੇਅਰਸ ਨੇ ਵੀ ਉਹਦਾ ਵਿਰੋਧ ਕੀਤਾ ਸੀਗਾ ਸੋ ਉਹਦੇ ਨਾਲ ਯੂਨੋ PTB ਨੇ ਸਿੱਧੇ ਕੈਪ ਤਾਂ ਨਹੀਂ ਲਾਏ ਨੰਬਰ ਪਰ ਉਹਨਾਂ ਦਾ ਕਹਿਣਾ ਹੈਗਾ ਕਿ ਕਲਾਸ 4 ਲਾਉਣ ਦੇ ਨਾਲ ਕੈਪ ਆਲਰੇਡੀ ਇਨਡਾਇਰੈਕਟਲੀ ਲੱਗ ਜਾਂਦਾ ਸੋ ਨਾਲ ਦੀ ਨਾਲ ਇਹ ਵੀ ਕਿਹਾ ਅਸੀਂ ਮੋਨੀਟਰ ਕਰਾਂਗੇ ਜਦੋਂ ਡਾਟਾ ਆ ਗਿਆ ਕਿ ਜਦੋਂ ਕੰਜੈਸ਼ਨ ਦੀ ਪ੍ਰੋਬਲਮ ਆਈ ਤਾਂ ਉਸ ਵੇਲੇ ਵੀ ਉਹ ਕੈਪ ਲਾ ਸਕਦੇ ਆ ਨੰਬਰ 2 ਉਹ ਕਹਿੰਦੇ ਆ ਕਿ ਜਿੱਦਾਂ ਹੁਣ ਪ੍ਰਾਈਸਿੰਗ ਦੀ ਗੱਲ ਹੈਗੀ ਆ ਕਿ ਰਾਈਡ ਹੇਲਿੰਗ ਵੱਧ ਘੱਟ ਪ੍ਰਾਈਸਿੰਗ ਵੀ ਚਾਰਜ ਕਰ ਲੈਂਦੇ ਆ ਉਹਦੇ ਉੱਤੇ ਵੀ ਉਹਨਾਂ ਨੇ ਮੋਨੀਟਰ ਕਰਨਾ ਨਾਲ ਦੀ ਨਾਲ ਹਰੇਕ ਮਹੀਨੇ ਉਹਨਾਂ ਨੇ PTV ਨੇ ਇਹ ਮੰਗਾਉਣਾ ਡਾਟਾ ਕਿ ਡਰਾਈਵਰਾਂ ਨੂੰ ਕਿੰਨੇ ਪੈਸੇ ਪੇ ਕਰਦੇ ਆ ਉਹ ਸੋ ਤਾਂ ਕਿ ਉਹ ਤੋਂ ਪਤਾ ਲੱਗ ਸਕੇ ਜੇ ਡਰਾਈਵਰਾਂ ਨੂੰ ਮਿਨੀਮਮ ਵੇਜ ਵੀ ਨਹੀਂ ਮਿਲਦੀ ਹੈਗੀ ਪੂਰੇ ਪੈਸੇ ਉਹ ਪ੍ਰਾਈਸਿੰਗ ਅਤੇ ਕੈਪ ਉਸ ਵੇਲੇ ਕਹਿੰਦੇ ਅਸੀਂ ਉਸ ਵੇਲੇ ਉਹਦੇ 'ਤੇ ਗੌਰ ਕਰ ਸਕਦੇ ਹਾਂ ਸੋ ਨਾਲ ਦੀ ਨਾਲ ਇਹ 2-3 ਗੱਲਾਂ ਹੈਗੀਆਂ ਜਿਹਨਾਂ ਦੇ ਨਾਲ ਮੈਂ ਸਮਝਦਾ ਕਿ ਇੱਕ ਹੋਰ ਆ ਜਿੱਦਾਂ ਕਰੂਜ਼ ਸ਼ਿਪ ਆਉਂਦੇ ਆ ਜਿੱਦਾਂ ਕੈਨੇਡਾ ਪਲੇਸ ਦਾ ਉਹਦੇ ਦੁਆਲੇ ਇੱਕ ਸਰਕਲ ਲਾ ਦਿੱਤਾ ਜਿੱਥੇ ਸਿਰਫ ਟੈਕਸੀ ਜਾਏਗੀ ਜੇ ਕਰੂਜ਼ ਸ਼ਿਪ ਆਏਗਾ ਉੱਥੇ ਰਾਈਡ ਹੇਲਿੰਗ ਕੰਪਨੀ ਨਹੀਂ ਜਾਏਗੀ ਜੀ ਸੋ ਜਿੰਨਾ ਅਸੀਂ ਵੱਧ ਤੋਂ ਵੱਧ ਕਰ ਸਕਦੇ ਸੀ ਟੈਕਸੀ ਇੰਡਸਟਰੀ ਨੂੰ ਲੈਵਲ ਪਲੇਇੰਗ ਫੀਲਡ ਦੇਣ ਵਾਸਤੇ ਉਹ ਤਕਰੀਬਨ ਡਿਲੀਵਰ ਹੋ ਚੁੱਕਾ ਕੁਛ ਤੇ ਅਸੀਂ ਕੰਮ ਹਲੇ ਕਰੀ ਜਾ ਰਹੇ ਹਾਂ ਅੱਛਾ ਹੁਣ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਜੀ ਨੈਕਸਟ ਸਰੀ ਦੇ ਹਸਪੀਟਲ ਬਾਰੇ ਤੁਸੀਂ ਖੁਦ ਸਰੀ ਦੇ ਵਿੱਚ ਰਹਿੰਦੇ ਹੋ ਸਰੀ ਤੋਂ MLA ਹੋ ਅਤੇ ਸਰੀ ਦੇ ਜਿਹੜੇ ਵਸਨੀਕ ਨੇ ਨਵੇਂ ਹਸਪੀਟਲ ਨੂੰ ਲੈ ਕੇ ਜਦੋਂ ਅਨਾਊਂਸਮੈਂਟ ਕੀਤੀ ਗਈ ਜੇ ਕਲੋਵਰਡੇਲ ਦੇ ਵਿੱਚ ਬਣੇਗਾ ਤਾਂ ਉਹ ਬੜਾ ਉਸਦਾ ਸਵਾਗਤ ਕੀਤਾ ਗਿਆ ਫਿਰ ਇਹ ਉਮੀਦਾਂ ਸੀ ਕਿ ਜਿਹੜਾ ਹੁਣ ਬਜਟ ਪੇਸ਼ ਕੀਤਾ ਜਾਣਾ ਉਸ ਦੇ ਵਿੱਚ ਸਰੀ ਦੇ ਹਸਪੀਟਲ ਵਾਸਤੇ ਰਾਖਵੀਂ ਫੰਡਿੰਗ ਹੋਵੇਗੀ ਪਰ ਉਹਦਾ ਕੋਈ ਜ਼ਿਕਰ ਹੋ ਨਾ ਸਕਿਆ ਪਿਛਲੇ ਹਫ਼ਤੇ ਹਾਲਾਂਕਿ ਜਦੋਂ ਮਿਨਿਸਟਰ ਆਫ ਫਾਈਨੈਂਸ ਕੈਰਲ ਜੇਮਸ ਇਸੇ ਪ੍ਰੋਗਰਾਮ 'ਤੇ ਆਏ ਸੀ ਮੈਂ ਉਹਨਾਂ ਨੂੰ ਪੁੱਛਿਆ ਸੀ ਉਹਨਾਂ ਨੇ ਬਿਜ਼ਨਸ ਕੇਸ ਦੀ ਗੱਲ ਕੀਤੀ ਸੀ ਪਰ ਤੁਸੀਂ ਇਸ ਬਾਰੇ ਪਲੀਜ਼ ਜੇ ਹੋਰ ਇਲੈਬੋਰੇਟਲੀ ਦੱਸ ਸਕੋ ਕਿ ਇਹ ਜਿਹੜੇ ਪੈਸੇ ਸੀ ਇਸ ਬਜਟ ਦੇ ਵਿੱਚ ਕਿਉਂ ਨਾ ਐਲੋਕੇਟ ਕੀਤੇ ਗਏ
ਜੀ ਸੋ ਲੋ ਥੋੜੀ ਜਿਹੀ ਆਪਾਂ ਬੈਕਗਰਾਉਂਡ ਲਈ ਕਿ 2004 ਤੋਂ ਇਹ ਅਸੀਂ ਤਕਰੀਬਨ ਆਵਾਜ਼ ਉਠਾ ਰਹੇ ਹਾਂ ਜਦੋਂ ਜਗਰੂਪ ਰਾੜ ਹੋਣੀ ਸ਼ਾਇਦ ਯਾਦ ਹੋਏਗਾ ਪਹਿਲੀ ਵਾਰੀ ਇਲੈਕਟ ਹੋਈ ਸੀ ਬਾਈ ਇਲੈਕਸ਼ਨ ਦੇ ਵਿੱਚ ਉਦੋਂ ਤੋਂ ਆਵਾਜ਼ ਉਠਾਉਂਦੇ ਵੀ ਸਰੀ ਦੇ ਮੈਮੋਰੀਅਲ ਹਸਪਤਾਲ ਦੇ ਵਿੱਚ ਕੰਜੈਸ਼ਨ ਬਹੁਤ ਆ ਤੇ ਇੱਥੇ ਨਵਾਂ ਹਸਪਤਾਲ ਦੀ ਵੀ ਲੋੜ ਆ ਨਵੀਆਂ ਸੇਵਾਵਾਂ ਦੀ ਲੋੜ ਆ ਪਰ ਉਹ ਸਰਕਾਰ ਦੇ ਕੰਨ ਤੇ ਜੂ ਨਹੀਂ ਸੜਕੀ ਚੱਲਦਾ ਰਿਹਾ ਕੰਮ ਇਸੇ ਤਰ੍ਹਾਂ ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਨੇ ਫਿਰ ਅਸੀਂ ਲੈਂਡ ਜਿਹੜੀ ਬਾਏ ਕੀਤੀ ਹੋਈ ਸੀਗੀ 1990s ਦੇ ਵਿੱਚ ਹਸਪਤਾਲ ਵਾਸਤੇ 152 ਦੇ ਨੰਬਰ 10 ਹਾਈਵੇ ਦੇ ਇਹਨਾਂ ਨੇ ਹਸਪਤਾਲ ਬਣਾਉਣਾ ਕਹਿ ਦਿੱਤਾ ਇੱਕ ਵਾਰੀ ਅਸੀਂ ਬਣਾਵਾਂਗੇ ਪਰ ਫਿਰ ਜਦੋਂ ਦੇਖਿਆ ਕਿ ਨਹੀਂ ਬਣਾਉਣਾ ਤਾਂ ਇਹਨਾਂ ਨੇ ਜ਼ਮੀਨ ਵੀ ਉਹ ਵੇਚ ਦਿੱਤੀ ਚਲੋ ਇਹ ਉਹਨਾਂ ਦਾ ਕੰਮ ਸੀ ਅਸੀਂ ਇਹ ਪ੍ਰੋਮਿਸ ਕੀਤਾ ਸੀ ਕਿ ਨਵਾਂ ਹਸਪਤਾਲ ਬਣੇਗਾ ਉਹਦੀ ਅਨਾਊਂਸਮੈਂਟ ਹੋ ਗਈ ਔਰ ਉਹਦੇ ਵਾਸਤੇ ਲੈਂਡ ਵੀ ਅਕਵਾਇਰ ਕਰ ਲਈ ਅਸੀਂ ਲੈਂਡ ਦੀ ਤੁਹਾਨੂੰ ਮੈਂ ਐਡਰੈਸ ਵੀ ਦੇ ਦੇਣਾ 5500 and 5510 180 ਸਟਰੀਟ ਦੇ ਉੱਤੇ ਜਿਹੜੀ ਲੈਂਡ ਇਸ ਵੇਲੇ ਸਾਡੇ ਕੋਲ ਇੱਕ ਹੋਰ ਡਿਪਾਰਟਮੈਂਟ ਗਵਰਨਮੈਂਟ ਦੀ ਕੋਲ ਪਈ ਆ ਉਹ ਅਸੀਂ ਉਹਨਾਂ ਨੂੰ ਪੈਸੇ ਦੇ ਕੇ ਆਪਣੇ ਇਹਦੇ ਟ੍ਰਾਂਸਫਰ ਹੋ ਜਾਣੀ ਆ ਹਾਂਜੀ ਉਹ ਅਕਵਾਇਰ ਕਰ ਲਈ ਗਈ ਆ ਨਾਲ ਪੈਸੇ ਜਿਹੜੇ ਹੈਗੇ ਆ ਉਹ ਜਿਸ ਤਰ੍ਹਾਂ ਕਿ ਬਾਕੀ ਹਸਪਤਾਲਾਂ ਦਾ ਵੱਡੇ ਪ੍ਰੋਜੈਕਟ ਦਾ ਜਿੱਦਾਂ ਸਿਸਟਮ ਚੱਲਦਾ ਉਹ ਉਸੇ ਤਰ੍ਹਾਂ ਇਹਦੇ ਵਿੱਚ ਵੀ ਚੱਲ ਰਿਹਾ ਇਸੇ ਤਰ੍ਹਾਂ ਬਨਵੀ ਹਸਪਤਾਲ ਦਾ ਚੱਲਿਆ ਇਸ ਤਰ੍ਹਾਂ ਟੈਰਿਸ ਹਸਪਤਾਲ ਦਾ ਬਣਿਆ ਕਿ ਪਹਿਲਾਂ ਕਾਨਸੈਪਟ ਪਲਾਨ ਅਪਰੂਵ ਹੁੰਦੀ ਆ ਉਹ ਫਿਰ ਟ੍ਰੈਜਰੀ ਬੋਰਡ ਕੋਲ ਜਾਂਦੀ ਆ ਟ੍ਰੈਜਰੀ ਬੋਰਡ ਉਹਨੂੰ ਅਪਰੂਵਲ ਦੇ ਦਿੰਦੀ ਆ ਜਿਹੜਾ ਕਿ ਇਸ ਵੇਲੇ ਆਪਾਂ ਨੂੰ ਸਰੀ ਮੈਮੋਰੀਅਲ ਹਸਪਤਾਲ ਵਾਸਤੇ ਨਵੇਂ ਸੈਕੰਡ ਹਸਪਤਾਲ ਵਾਸਤੇ ਉਹਦੀ ਟ੍ਰੈਜਰੀ ਬੋਰਡ ਦੀ ਅਪਰੂਵਲ ਮਿਲ ਚੁੱਕੀ ਆ ਉਹ ਜਿਹੜੀ ਫੰਡਿੰਗ ਹੈਗੀ ਆ ਨਾ ਜਦੋਂ ਬਿਜ਼ਨਸ ਪਲਾਨ ਫਿਰ ਕੰਪਲੀਟ ਹੋ ਗਏ ਜਿਹੜੀ ਕਿ 12 to 18 ਮਹੀਨੇ ਲੱਗਦੇ ਅਸੀਂ ਉਹਨੂੰ ਫਾਸਟ ਟਰੈਕ ਕਰ ਰਹੇ ਹਾਂ ਕਿ 12 ਮਹੀਨਿਆਂ ਦੇ ਵਿੱਚ ਪੂਰੀ ਬਣ ਜਾਏ ਔਰ ਉਦੋਂ ਜਦੋਂ ਬਣ ਗਈ ਫਿਰ ਐਗਜੈਕਟਲੀ ਤੇ ਪ੍ਰਸਾਈਸ ਨੰਬਰ ਆਪਾਂ ਨੂੰ ਪਤਾ ਲੱਗ ਜਾਣਗੇ ਵੀ ਕਿੰਨੀ ਕੋਸਟ ਬਣੇਗੀ ਕਿਉਂਕਿ ਉਹਦੇ ਵਿੱਚ ਕੀ ਹੋਏਗਾ ਉਹਦੇ ਨਾਲ ਫਿਰ ਉਹ ਬਜਟ ਦੀਆਂ ਬੁੱਕਸ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਆ ਇਕੱਲੀ ਇਕੱਲੀ ਆਈਟਮਾਈਜ਼ ਹੋਣ ਨਾਲ ਇਸ ਵੇਲੇ ਪੈਸੇ ਜਿਹੜੇ ਆ ਗਵਰਨਮੈਂਟ ਦੀ ਕੈਪੀਟਲ ਪਲਾਨ ਦੇ ਵਿੱਚ ਪਏ ਆ ਉਹ ਅਪਰੂਵ ਹੋ ਚੁੱਕਿਆ ਕਿਉਂਕਿ ਟ੍ਰੈਜਰੀ ਬੋਰਡ ਨੇ ਅਪਰੂਵ ਕੀਤੇ ਆ ਤੇ ਜਿਹੜੀ ਐਗਜੈਕਟਲੀ ਕਿੰਨੇ ਹਰੇਕ ਸਾਲ ਪਹਿਲੇ ਸਾਲ ਦੂਜੇ ਸਾਲ ਇਸੇ ਤਰ੍ਹਾਂ ਉਹਨਾਂ ਦੇ ਵਿੱਚ ਚੱਲ ਰਿਹਾ ਉਹ ਫਿਰ ਇਸ ਬੁੱਕਸ ਦੇ ਵਿੱਚ ਆਉਣੇ ਸ਼ੁਰੂ ਹੋ ਜਾਣ ਇਹੀ ਪ੍ਰੋਸੈਸ ਇਹਨਾਂ ਲਿਬਰਲਸ ਨੂੰ ਪਤਾ ਇੱਦਾਂ ਹੀ ਪ੍ਰੋਸੈਸ ਬਾਕੀ ਚੱਲਦੇ ਇਹਨਾਂ ਵੇਲੇ ਵੀ ਇੱਦਾਂ ਚੱਲਦੇ ਸੀ ਹੁਣ ਵੀ ਇਸੇ ਤਰ੍ਹਾਂ ਚੱਲਦੇ ਆ ਔਰ ਉਹ ਤੁਹਾਨੂੰ ਮੈਂ ਕਲੀਅਰਲੀ ਦੱਸ ਦੇਣਾ ਲੈਂਡ ਅਕੁਆਇਰ ਹੋ ਗਈ ਆ ਬਿਜ਼ਨਸ ਪਲਾਨ ਬੜੀ ਜਿਹਨੂੰ ਜ਼ੋਰਾਂ ਸ਼ੋਰਾਂ 'ਤੇ ਬਣ ਰਹੀ ਆ ਹੁਣ ਲੋਕਾਂ ਨੂੰ ਅਸੀਂ ਜਿਹੜਾ ਹੈਗਾ ਕੰਸਲਟੇਸ਼ਨ ਪ੍ਰੋਸੈਸ ਵੀ ਸ਼ੁਰੂ ਹੋ ਜਾਣਾ ਵੀ ਉਹ ਕੀ ਚਾਹੁੰਦੇ ਹਸਪਤਾਲ ਦੇ ਵਿੱਚ ਮੈਂ ਇਹ ਦੱਸ ਦੇਣਾ ਵੀ ਸਾਡੀ ਪਲਾਨ ਦੇ ਵਿੱਚ ਜਿਹੜੀ ਹੈਗੀ ਆ ਕਿ ਇਹਦੇ ਵਿੱਚ ਇਨ ਪੇਸ਼ੈਂਟ ਕੇਅਰ ਵੀ ਹੋਣ ਇਨ ਪੇਸ਼ੈਂਟ ਬੈਡਸ ਹੋਣੇ ਆ ਐਮਰਜੈਂਸੀ ਡਿਪਾਰਟਮੈਂਟ ਹੋਣਾ ਓਪਰੇਟਿੰਗ ਰੂਮਸ ਹੋਣਗੇ ਆਊਟ ਪੇਸ਼ੈਂਟ ਸਰਵਿਸਿਜ਼ ਹੋਣਗੀਆਂ ਲੈਬ ਹੋਏਗੀ ਡਾਇਗਨੋਸਟਿਕ ਸਰਵਿਸਿਜ਼ ਹੋਣਗੀਆਂ ਜਾਣੀ ਕਿ ਫੁੱਲ ਫਲੈਜ ਹਸਪਤਾਲ ਹੋਏਗਾ ਔਰ ਮੈਂ ਇਹ ਵੀ ਦੱਸ ਰਿਹਾ ਗ੍ਰਾਫਲੀ ਰਫਲੀ $1 to $2 billion ਦਾ ਕੋਸਟ ਇਹਦੀ ਆਏਗੀ ਜਿਹੜੀ ਕਿ ਸਾਡੇ ਕੈਪੀਟਲ ਪਲਾਨ ਦੇ ਵਿੱਚ ਪਈ ਆ ਤੇ ਇਹਦੀ ਟਾਈਮਲਾਈਨ ਕੀ ਹੋਏਗੀ ਬੈਂਸ ਸਾਹਿਬ ਵੀ ਕਦੋਂ ਤੱਕ ਇਹ ਹਸਪਤਾਲ ਮੁਕੰਮਲ ਹੋਣ ਦੇ ਆਸਾਰ ਨੇ ਜੀ ਵਿਜੇ ਆਈ ਥਿੰਕ ਇਹ ਬਿਜ਼ਨਸ ਪਲਾਨ ਅਸੀਂ ਆਸ ਕਰਦੇ ਹਾਂ ਇਸ ਸਾਲ ਦੇ ਵਿੱਚ ਕੰਪਲੀਟ ਹੋ ਜਾਏਗੀ ਫਿਰ ਉਹ ਬਿਡਸ ਵਾਸਤੇ ਜਾਏਗੀ ਬਾਹਰ ਫਿਰ ਬਿਲਡ ਜਦੋਂ ਆਉਣਗੀਆਂ ਤਾਂ ਫਿਰ ਫਾਈਨਲ ਜਿਹੜਾ ਕੰਟਰੈਕਟ ਲੈ ਲਿਆ ਜਾਏਗਾ ਫਿਰ ਉਹਨੂੰ ਬਿਲਡ ਕਰਨ ਵਾਸਤੇ ਜਿੰਨਾ ਟਾਈਮ ਲੱਗੇਗਾ ਨਾ ਉਹ ਤਾਂ ਟਾਈਮ ਲੱਗੇਗਾ ਉਹ ਐਗਜੈਕਟਲੀ ਕਈ ਵਾਰੀ 2 to 3 years, 4 years ਵੀ ਲੱਗ ਸਕਦੇ ਆ ਇਹ ਡਿਪੈਂਡ ਕਰਦਾ ਕਿੰਨੀ ਫਾਸਟ ਉਹ ਪਰਮਿਟਸ ਆਪਾਂ ਨੂੰ ਮਿਲਦੇ ਹੈਗੇ ਆ ਸਿਟੀ ਵਾਲੇ ਸਾਡੇ ਨਾਲ ਸਹਿਮਤ ਆ ਕਿ ਉਹਨਾਂ ਨੂੰ ਫਾਸਟ ਟਰੈਕ ਕਰਨ ਨੂੰ ਤਿਆਰ ਹੈਗੇ ਆ ਸੋ ਜਿੰਨੀ ਫਾਸਟ ਟਰੈਕ ਪਰਮਿਟਿੰਗ ਹੋ ਗਈ ਤੇ ਜਿੰਨੀ ਫਾਸਟ ਉਹਦੀ ਕੰਸਟਰਕਸ਼ਨ ਹੋ ਗਈ ਫਿਰ ਕੰਸਟਰਕਸ਼ਨ ਤੇ ਡਿਪੈਂਡ ਕਰਦਾ ਕਿੰਨਾ ਟਾਈਮ ਲੱਗੇਗਾ ਜੀ ਬੈਂਸ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਅੱਜ ਗੱਲਬਾਤ ਸਾਂਝੀ ਕੀਤੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਇਸਦਾ ਬਿਜ਼ਨਸ ਪਲਾਨ ਆ ਉਹ ਛੇਤੀ ਤੋਂ ਛੇਤੀ ਮੇਰੇ ਖਿਆਲ ਫਾਲ ਇਸ ਸਾਲ ਸਤੰਬਰ ਦੇ ਨੇੜੇ ਤੇੜੇ ਉਮੀਦ ਜਿੱਦਾਈ ਜਾ ਰਹੀ ਹੈ ਇਹੀ ਆਸ ਹੈਗੀ ਆ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਲੋਕਾਂ ਜਿਹੜੇ ਜਦੋਂ ਲੋਕ ਹਾਰ ਜਾਂਦੇ ਆ ਨਾ ਉਹ ਦੇਖਦੇ ਸਾਡਾ ਹੱਥ ਪੱਲੜਾ ਨਹੀਂ ਪੈਂਦਾ ਜਿਸ ਤਰ੍ਹਾਂ ਬੀਸੀ ਲਿਬਰਲ ਕਰ ਰਹੇ ਆ ਉਹ ਇਸ ਵੇਲੇ ਸੋਚ ਰਹੇ ਕਿ ਅਸੀਂ ਕਨਫਿਊਜ਼ਨ ਪਾ ਦਿਓ ਕਨਫਿਊਜ਼ ਕਰ ਦਿਓ ਲੋਕਾਂ ਨੂੰ ਤਾਂ ਲੋਕੀ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਉਹਨਾਂ ਦੀ ਜਿੱਤ ਹੋ ਗਈ ਇਸ ਤਰ੍ਹਾਂ ਨਹੀਂ ਹੁੰਦਾ ਇਸੇ ਕਰਕੇ ਲੋਕਾਂ ਦਾ ਸਿਨਿਸਿਜ਼ਮ ਪੋਲੀਟਿਕਸ ਤੇ ਪੋਲੀਟੀਸ਼ੀਅਨ ਦੇ ਉੱਤੇ ਹਟਦਾ ਜਾਂਦਾ ਵੱਧ ਜਾਂਦਾ ਸੋ ਮੈਂ ਚਾਹੁੰਦਾ ਕਿ ਤੁਸੀਂ ਓਨੈਸਟੀ ਦੇ ਨਾਲ ਲੋਕਾਂ ਨੂੰ ਗੱਲ ਦੱਸ ਦਿਓ ਅਸੀਂ ਅੱਜ ਤਾਈਂ ਜਿਹੜੀ ਗੱਲ ਕਹੀ ਆ ਉਹ ਡਿਲੀਵਰ ਕੀਤੀ ਆ ਟੋਲਸ ਦੀ ਗੱਲ ਕੀਤੀ ਸੀ ਟੋਲ ਰਿਮੂਵ ਕਰਤੇ MSP ਕਿਹਾ ਸੀ ਉਹ ਰਿਮੂਵ ਹੋ ਗਿਆ ਅਸੀਂ ਹਸਪਤਾਲ ਦੇ ਕਿਹਾ ਸੀ ਉਹ ਹੋ ਗਿਆ ਨਾਲ ਦੀ ਨਾਲ ਅਸੀਂ ਅਰਜਨ ਕੇਅਰ ਸੈਂਟਰ ਇੱਥੇ ਸਰੀ ਵਿੱਚ ਇੱਕ ਬਣਾ ਦਿੱਤਾ ਮੈਂ ਹੁਣ ਅੱਜ ਤੁਹਾਡੇ ਸ਼ੋਅ 'ਤੇ ਪਹਿਲੀ ਵਾਰੀ ਤੁਸੀਂ ਸੁਣ ਰਹੇ ਹੋ ਔਰ ਲੋਕ ਵੀ ਪਹਿਲੀ ਵਾਰੀ ਸੁਣ ਰਹੇ ਆ ਮੈਂ ਅੱਜ ਤੁਹਾਨੂੰ ਦੱਸ ਦਿੰਦਾ ਕਿ ਅਸੀਂ ਸੈਕਿੰਡ ਜਿਹੜਾ ਸਾਡਾ ਹੈਗਾ ਅਰਜਨ ਕੇਅਰ ਸੈਂਟਰ ਸਰੀ ਦੇ ਵਿੱਚ ਇੱਕ ਹੋਰ ਉਹਦੀ ਡਿਮਾਂਡ ਕਰ ਰਹੇ ਹਾਂ ਔਰ ਹੋ ਸਕਦਾ ਛੇਤੀ ਉਹਦੀ ਵੀ ਅਨਾਊਂਸਮੈਂਟ ਹੋ ਜਾਏ ਇੱਧਰ ਨਿਊਟਨ ਇਲਾਕੇ ਦੇ ਵਿੱਚ ਸੋ ਇਹ ਤੁਸੀਂ ਨੋਟ ਕਰ ਲਓ ਅਸੀਂ ਯਾਨੀ ਐਵਰੀ ਡੇ ਅਸੀਂ ਕੰਮ ਕਰ ਰਹੇ ਹਾਂ ਤਾਂ ਕਿ ਲੋਕਾਂ ਦੀਆਂ ਸਹੂਲਤਾਂ ਲੋਕਾਂ ਦੀ ਸਰਵਿਸ ਜਿਹੜੀ ਇੰਪਰੂਵ ਹੋ ਸਕੇ ਸੋ ਮੈਂ ਇੰਨਾ ਕਹਿਣਾ ਚਾਹੁੰਦਾ ਕਿ ਲੋਕਾਂ ਨੂੰ ਜਿਹੜੇ ਵਾਅਦੇ ਕੀਤੇ ਸੀ ਅਸੀਂ ਪੂਰੇ ਕੀਤੇ ਆ ਇਸੇ ਤਰ੍ਹਾਂ ਸਰੀ ਮੈਮੋਰੀਅਲ ਹਸਪਤਾਲ ਦੇ ਵੀ ਤੇ ਇੱਕ ਹੋਰ ਨਵਾਂ ਆਊਟ ਪੇਸ਼ੈਂਟ ਜਿਹੜਾ ਹੈਗਾ ਆ ਸੋਰੀ ਨਾਟ ਆਊਟ ਪੇਸ਼ੈਂਟ ਜਿਹੜਾ ਅਰਜੈਂਟ ਕੇਅਰ ਸੈਂਟਰ ਜਿਹੜਾ
ਉਹ ਵੀ ਸਰੀਏ ਵਿੱਚ ਹੋਰ ਆ ਰਿਹਾ ਜੀ। ਬਹੁਤ ਬਹੁਤ ਧੰਨਵਾਦ ਬੈਂਸ ਸਾਹਿਬ। ਧੰਨਵਾਦ ਜੀ, ਧੰਨਵਾਦ, ਮਿਹਰਬਾਨੀ।